ਫਾਜ਼ਿਲਕਾ ਦੇ ਪਿੰਡ ਸੈਦੇਕੇ ਵਿੱਚ ਅਣਪਛਾਤਿਆਂ ਨੇ ਨੌਜਵਾਨ ਨੂੰ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ। ਗੋਲੀਆਂ ਲੱਗਣ ਕਰਕੇ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋਈ ਹੈ। ਦੂਸਰੇ ਪਾਸੇ ਵਾਰਦਾਤ ਤੋਂ ਬਾਅਦ ਹਮਲਾਵਰ ਫਰਾਰ ਹੋਏ ਹਨ। ਮ੍ਰਿਤਕ ਨੌਜਵਾਨ ਰਸ਼ਪਾਲ ਸਿੰਘ ਪੁੱਤਰ ਧਾਨ ਸਿੰਘ ਵਾਸੀ ਪਿੰਡ ਮੁਹੰਮਦੇਵਾਲਾ ਦਾ ਰਹਿਣ ਵਾਲਾ ਸੀ। ਉਹ ਮੰਡੀ ਲਾਦੂਕਾ ਵਿਖੇ ਸ਼ੈਲਰ ਤੇ ਡਰਾਈਵਰੀ ਕਰਦਾ ਸੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ਤੇ ਪਹੁੰਚ ਗਈ ਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭਿਜਵਾ ਦਿੱਤਾ ਹੈ। ਦੋ ਦਿਨ ਪਹਿਲਾਂ ਹੀ ਫਾਜ਼ਿਲਕਾ ਦੇ ਸ਼ਹਿਰ ਜਲਾਲਾਬਾਦ ਵਿਖੇ ਵੀ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਉਧਰ ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੇ DSP ਜਸਬੀਰ ਸਿੰਘ ਨੇ ਕਿਹਾ ਹੈ ਕਿ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਹਾਂਜੀ, ਸਾਡਾ ਭਾਈ ਸੀ, ਮੰਡੀ ਲਵਾ ਰਿਹਾ ਸੀ, ਉਹਨੇ ਅੱਜ ਗੋਲੀਆਂ ਮਾਰਤੀਆਂ। ਕੋਈ ਪਤਾ ਨਹੀਂ ਸਾਨੂੰ ਲੱਗਿਆ ਤਾਂ ਕੌਣ ਹੈ, ਰਸ਼ਪਾਲ ਸਿੰਘ, ਜਰਨੈਲ ਸਿੰਘ। ਕੋਈ ਦੁਸ਼ਮਣੀ ਵੀ ਸੀਗੀ ਉਹਨਾਂ ਕਿਸੇ ਨਾਲ? ਨਹੀਂ, ਕੋਈ ਨਹੀਂ ਦੁਸ਼ਮਣੀ ਤਾਂ ਕੋਈ ਨਹੀਂ। ਬਸ ਆਦਮੀ ਨਹੀਂ, ਪੈਸੇ ਦਾ ਤਾਂ ਪੱਕਾ ਨਹੀਂ ਪਤਾ ਵੀ ਉਹਦੇ ਕੋਲ ਹੈ ਕਿ ਨਹੀਂ ਹੈ ਗਿਆ। ਹੋਰ ਦੁਸ਼ਮਣੀ ਤਾਂ ਕਿਸੇ ਨਾਲ ਹੈ ਨਹੀਂ ਸੀ, ਆ ਤਾਂ ਮਿਹਨਤ ਕਰਦਾ ਸੀ, ਟਰੈਕਟਰ ਚਲਾਉਂਦੇ ਸੀ। ਅਤੇ ਕਦੋਂ ਦੀ ਘਟਨਾ ਹੈ? 11 ਵਜੇ ਦਾ ਟਾਈਮ ਹੈ ਸੀ ਅੱਜ ਦੀ। ਆਸਾ ਜੀ ਦੱਸ ਰਹੇ ਨੇ, ਜਿਵੇਂ ਜਾਣਕਾਰੀ ਉੱਥੇ ਆਪਣੀ ਦੁਕਾਨ ਅੱਡੇ 'ਤੇ ਰਸਤੇ 'ਚ ਲੰਘਦੇ ਲੋਕਾਂ ਦੱਸਿਆ ਵੀ ਉੱਥੇ ਬੰਦੇ ਨੂੰ ਕਿਸੇ ਨੂੰ ਗੋਲੀ ਮਾਰਤੀ ਆ। ਇੱਧਰ ਮੈਨੂੰ ਪੁਲਿਸ ਮੁਲਾਜ਼ਮਾਂ ਦਾ ਵੀ ਫੋਨ ਗਿਆ ਸੀ ਵੀ ਇੱਕ ਤੁਹਾਡੇ ਪਿੰਡ ਦਾ ਬੰਦਾ ਉਹਨੂੰ ਕੋਈ ਗੋਲੀ ਮਾਰ ਗਿਆ। ਅਸੀਂ ਉੱਥੋਂ ਚੱਲੇ ਹਾਂ, ਆਏ ਹਾਂ ਅਤੇ ਉਦੋਂ ਨੂੰ ਇਹਨੂੰ ਜਿਹੜਾ ਜਿਹਨੂੰ ਗੋਲੀ ਵੱਜੀ ਸੀ ਜਸਪਾਲ ਸਿੰਘ ਨੂੰ, ਉਹਨੂੰ ਕਿਤੇ ਹੋਸਪਿਟਲ ਪਹਿਲਾਂ ਲੈ ਆਏ ਸੀ, ਪਰ ਉੱਥੋਂ ਮੈਂ ਉਵੇਂ ਹੀ ਨਾਲ ਆ ਗਿਆ ਇੱਧਰ ਹੋਸਪਿਟਲ। ਇੱਥੇ ਹੁਣ ਪੁਲਿਸ ਡਿਪਾਰਟਮੈਂਟ ਆਪਦੇ ਤੌਰ 'ਤੇ ਇਨਕੁਆਇਰੀ ਕਰੇਗਾ ਕੀ ਹੋਇਆ, ਵੀ ਕਿਸ ਤਰ੍ਹਾਂ ਜਾਂ ਕੋਈ ਲੁਟੇਰਿਆਂ ਦੇ ਕੰਮ ਹੈ ਜਾਂ ਹੋਰ ਕੋਈ ਗੱਲ ਹੈ ਤਾਂ ਪਤਾ ਲੱਗੇਗਾ ਜੀ ਪੁਲਿਸ ਦੀ। ਇਹ ਸਾਡੇ ਪਿੰਡ ਦਾ ਜਸਪਾਲ ਸਿੰਘ ਹੈ ਜੀ, ਇੱਥੇ ਸ਼ੈਲਰ 'ਚ ਕੰਮ ਕਰਦਾ, ਢੋਆ ਢੁਆਈ ਦਾ, ਟਰੈਕਟਰ ਦਾ, ਗਰੀਬ ਬੰਦਾ, ਦੋ ਬੱਚੇ ਇਹਦੇ। ਉਹ ਵਿਚਾਰਾ ਸਵੇਰੇ ਟਰੈਕਟਰ ਲੈ ਕੇ ਆਉਂਦਾ ਅਤੇ ਇੱਥੇ ਢੋਆ ਢੁਆਈ ਦੇ ਆਪਦੇ ਕੰਮ ਕਰਦਾ। ਸੀਜ਼ਨ ਅੱਜ ਨਹੀਂ ਹੈਗਾ ਕਰਕੇ ਕਹਿੰਦੇ ਟਰਾਲੀ ਨਹੀਂ ਲਿਆ, ਕੋਈ ਆਪਦੇ ਇੱਥੇ ਆਇਆ ਸੀ ਲੈਣ, ਸ਼ੈਲਰ ਤੋਂ ਪੈਸੇ ਲੈਣ ਆਇਆ ਜਾਂ ਕੁਝ ਆਇਆ, ਤਾਂ ਬੱਚਿਆਂ ਨੂੰ ਪਤਾ ਹੋਣਾ। ਅਤੇ ਹੁਣ ਅਗਲੀ ਥਿਉਰੀ 'ਤੇ ਪੁਲਿਸ ਦੇ ਡਿਪਾਰਟਮੈਂਟ ਵੇਖੇਗਾ ਕਿ ਕਿੱਧਰ ਜਾਂਦੀ ਹੈ, ਕੀ ਕਾਰਨ ਹੈ। ਯਾਨੀ ਕੋਈ ਰਸ਼ਪਾਲ ਸਿੰਘ ਸਾਨੂੰ ਨਿਧਾਨ ਸਿੰਘ, ਉਮਰ ਐਸਕ ਵਾਸੀ ਚੱਕ ਮੰਦੇ ਵਾਲੇ, ਉਮਰ ਕਰੀਬ 50 ਸਾਲ ਆ। ਇਹ ਆਪਦੇ ਘਰ ਨੂੰ ਜਾ ਰਿਹਾ ਸੀ ਉੱਥੋਂ ਲਾਦੂਗਾ ਮੰਡੀ ਤੋਂ, ਕੋਈ ਨਾਮਰੂ ਵਿਅਕਤੀ ਫੈਰ ਮਾਰ ਗਿਆ ਜੀ। ਇਹਦੇ ਬਾਰੇ ਅਸੀਂ ਟੀਮਾਂ ਲਾਤੀਆਂ ਵੱਖ ਵੱਖ ਪਤਾ ਕਰ ਰਹੇ ਜੀ। ਪਤਾ ਲੱਗਿਆ ਜੀ ਕਿ ਰੰਜਿਸ਼ ਕਰਕੇ ਚੱਲਿਆ? ਨਹੀਂ, ਅਜੇ ਕੋਈ ਪਤਾ ਨਹੀਂ, ਅਜੇ ਵੱਖ ਥੁਰੀ 'ਤੇ ਕੰਮ ਚੱਲ ਰਿਹਾ ਜੀ। ਅਜੇ ਅਜੇ ਹੁਣੇ ਡੈੱਡ ਬੋਡੀ ਆਈ, ਪਤਾ ਲੱਗਾ, ਤੁਸੀਂ ਆ ਗਏ। ਫਾਜ਼ਿਲਕਾ ਤੋਂ ਰਣਜੀਤ ਸਿੰਘ ਦੀ ਰਿਪੋਰਟ, ਪੰਜਾਬ ਟੂਡੇ।